एचटेट ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਅਚੀਵਰ ਅਕੈਡਮੀ ਦੇ ਵਿਦਿਆਰਥੀਓ ਬਹੁਤ ਦਿਨਾਂ ਤੋਂ ਤੁਹਾਡੀ ਇਨਕੁਆਰੀ ਆ ਰਹੀ ਹੈ ਬਹੁਤ ਦਿਨਾਂ ਤੋਂ ਤੁਹਾਡੇ ਫੋਨ ਕਾਲਸ ਮੈਸੇਜ ਆ ਰਹੇ ਆ ਐਚ ਟੈਟ ਲੈਵਲ 2 ਤੇ ਲੈਵਲ 3 ਦੇ ਪੰਜਾਬੀ ਸਬਜੈਕਟ ਦੀ ਤਿਆਰੀ ਕਰਨ ਬਾਰੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਅੱਜ ਤੁਹਾਨੂੰ ਪਤਾ ਹੈ ਕਿ 15 ਦਿਨ ਜਿਹੜੇ ਸਾਡੇ ਕੋਲੇ ਬਾਕੀ ਹੈਗੇ ਤੁਹਾਡੇ ਐਚ ਟੈਟ ਦੇ ਵਿੱਚ ਤਾਂ ਅਸੀਂ ਐਚ ਟੈਟ ਪੰਜਾਬੀ ਦਾ ਕ੍ਰੈਸ਼ ਕੋਰਸ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਕ੍ਰੈਸ਼ ਕੋਰਸ ਜਿਹਦੇ ਵਿੱਚ ਤੁਹਾਨੂੰ ਅ 15 ਦਿਨਾਂ ਦੇ ਵਿੱਚ ਮੁਕੰਮਲ ਜਿਹੜੀ ਤਿਆਰੀ ਹੈਗੀ ਆ ਉਹ ਕਰਵਾਈ ਜਾਊਗੀ ਐਚ ਟੈਟ ਪੰਜਾਬੀ ਸਬਜੈਕਟ ਦੀ ਲੈਵਲ 2 ਤੇ ਲੈਵਲ 3 ਦੋਹਾਂ ਦੀ ਠੀਕ ਹੈ ਇਦੇ ਵਿੱਚ ਤੁਹਾਨੂੰ ਰਿਕਾਰਡਡ ਵੀਡੀਓਜ਼ ਵੀ ਮਿਲਣਗੀਆਂ ਇਹਦੇ ਵਿੱਚ ਤੁਹਾਨੂੰ ਲਾਈਵ ਵੀਡੀਓਜ਼ ਵੀ ਮਿਲਣਗੀਆਂ ਤੁਹਾਡੇ ਡਾਊਟਸ ਵੀ ਲਏ ਜਾਣਗੇ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਿਹਾ ਜਾਊਗਾ ਪਹਿਲਾਂ ਆਪਾਂ ਮੋਟਾ-ਮੋਟਾ ਸਿਲੇਬਸ ਦਾ ਦੇਖ ਲੈਨੇ ਫਿਰ ਆਪਾਂ ਮੈਂ ਤੁਹਾਨੂੰ ਦੱਸਾਂਗਾ ਕਿਵੇਂ-ਕਿਵੇਂ ਆਪਾਂ ਤਿਆਰੀ ਕਰਾਂਗੇ ਜਿਹੜਾ ਤੁਹਾਡਾ ਲੈਵਲ 2 ਤੇ ਲੈਵਲ 3 ਦਾ ਉਹਨਾਂ ਨੇ ਸਿਲੇਬਸ ਆ ਤਿੰਨ ਪਾਰਟਸ ਦੇ ਵਿੱਚ ਵੰਡਿਆ ਹੋਇਆ ਇੱਕ ਜਿਹੜੀ ਪਿਛਲੀ ਵੀਡੀਓ ਮੈਂ ਬਣਾਈ ਸੀ ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਮੇਜਰ ਸਿਲੇਬਸ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਪੰਜਾਬੀ ਪੈਡਾਗੋਜੀ ਹੈ ਇੱਕ ਤੁਹਾਡੀਆਂ ਸਕੂਲ ਦੀਆਂ ਕਿਤਾਬਾਂ ਨੇ ਜੋ ਹਰਿਆਣਾ ਬੋਰਡ ਦੇ ਵਿੱਚ ਲੱਗੀਆਂ ਹੋਈਆਂ ਲੈਵਲ 2 ਦੇ ਵਿੱਚ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਨੇ ਲੈਵਲ 3 ਦੇ ਵਿੱਚ 9ਵੀਂ ਤੋਂ ਲੈ ਕੇ +2 ਤੱਕ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਜੋ ਨਾਵਲ ਨਾਟ ਜੋ ਕਹਾਣੀ ਇਕਾਂਗੀ ਨਾਟਕ ਜੀਵਨੀ ਕਵਤਾਵਾਂ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਸਵਾਲ ਆਉਣੇ ਆ ਤੇ ਜੋ ਦੂਜੇ ਪਾਸੇ ਉਹਨਾਂ ਨਾਲ ਸੰਬੰਧਿਤ ਪੈਡਾਗੋਜੀ ਦੇ ਸਵਾਲ ਬਣਦੇ ਸਿੱਖਿਆ ਸ਼ਾਸਤਰ ਦੇ ਸਵਾਲ ਬਣਦੇ ਉਹ ਸਵਾਲ ਤੁਹਾਡੇ ਆਉਣੇ ਆ ਤੇ ਉਸੇ ਤਰ੍ਹਾਂ ਹੀ ਮੈਂ ਅੱਜ ਥੋੜਾ ਇਹਨੂੰ ਖੋਲ ਕੇ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਸਿਲੇਬਸ ਨੂੰ ਹਾਲਾਂਕਿ ਤੁਸੀਂ ਬਹੁਤ ਤਸੱਲੀ ਦੇ ਨਾਲ ਦੇਖ ਲਿਆ ਹੋਣਾ ਤਾਂ ਇਹਨਾਂ ਨੇ ਕੀ ਹੈ ਤਿੰਨ ਭਾਗਾਂ ਦੇ ਵਿੱਚ ਜਿਹੜਾ ਸਿਲੇਬਸ ਵੰਡਿਆ ਹੋਇਆ ਜਿਹੜਾ ਲੈਵਲ 2 ਹੈ ਲੈਵਲ 2 ਦਾ ਦੇਖੋ ਪਹਿਲਾ ਭਾਗ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਪਾਠ ਪੁਸਤਕ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ 6ਵੀਂ ਦੀਆਂ 7ਵੀਂ ਤੇ 8ਵੀਂ ਹਨਾ 6ਵੀਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਹਿਲਾ ਪੜਾ ਲੱਗੀ ਹੋਈ ਆ 7ਵੀਂ ਦੇ ਵਿੱਚ ਪਹਿਲਾ ਕਦਮ ਲੱਗੀ ਹੋਇਆ 7ਵੀਂ ਵਿੱਚ ਦੂਜਾ ਪੜਾ ਤੇ 8ਵੀਂ ਵਿੱਚ ਉਡਾਨ ਲੱਗੀ ਹੋਈ ਆ ਠੀਕ ਹੈ ਪਹਿਲਾ ਕਦਮ ਦੂਜਾ ਪੜਾ ਤੇ ਉਡਾਨ ਇਹਨਾਂ ਦੇ ਵਿੱਚ ਜਿਹੜੀਆਂ ਕਵਤਾਵਾਂ ਸ਼ਾਮਲ ਨੇ ਇਹਨਾਂ ਚ ਜਿਹੜੀਆਂ ਕਹਾਣੀਆਂ ਸ਼ਾਮਲ ਨੇ ਇਕਾਂਗੀ ਸ਼ਾਮਲ ਹੈ ਨਾਟਕ ਹੈ ਜੀਵਨੀਆਂ ਲੇਖ ਇਹਨਾਂ ਦਾ ਵਿਸ਼ਾ ਕੀ ਹੈ ਇਹਨਾਂ ਦਾ ਰੂਪਕ ਪੱਖ ਮਤਲਬ ਇਹਨਾਂ ਦੇ ਵਿੱਚ ਜੇ ਕੋਈ ਕਵਤਾ ਉਹਦੇ ਵਿੱਚ ਛੰਦ ਕਿਹੜਾ ਵਰਤਿਆ ਗਿਆ ਅਲੰਕਾਰ ਕਿਹੜਾ ਵਰਤਿਆ ਗਿਆ ਰਸ ਕਿਹੜਾ ਉਹਦੇ ਵਿੱਚ ਉਦੇਸ਼ ਕੀ ਹੈ ਰਚਨਾ ਦਾ ਬਾਲ ਮਨ ਉੱਤੇ ਪੈਂਦੇ ਪ੍ਰਭਾਵ ਜਿਹੜਾ ਆ ਹੈਗਾ ਨਾ ਬਾਲ ਮਨ ਉੱਤੇ ਪੈਂਦੇ ਪ੍ਰਭਾਵ ਇਹ ਪੈਡਾਗੋਜੀ ਦਾ ਪਾਰਟ ਹੈ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਸਾਹਿਤ ਹੈਗਾ ਉਹ ਜੇ 8ਵੀਂ ਤੱਕ ਪੜਾਇਆ ਜਾਊਗਾ ਤਾਂ ਉਹਦਾ ਬਾਲ ਮਨ ਤੇ ਵਿਦਿਆਰਥੀ ਦੇ ਮਨ ਤੇ ਕੀ ਪ੍ਰਭਾਵ ਪਊਗਾ ਪੈਡਾਗੋਜੀ ਦੇ ਮੁਤਾਬਕ ਉਹਦੇ ਅਸੀਂ ਜਵਾਬ ਦੇਣੇ ਹੋਣਗੇ ਠੀਕ ਹੈ ਇਸੇ ਤਰ੍ਹਾਂ ਜਿਹੜਾ ਦੂਜਾ ਭਾਗ ਹੈ ਉਹਨਾਂ ਨੇ ਉਹ ਚ ਨੌਵੀਂ ਤੇ 10ਵੀਂ ਦੀਆਂ ਕਿਤਾਬਾਂ ਲਈਆਂ ਤੁਹਾਨੂੰ ਪਤਾ ਸੈਤ ਕਿਰਨਾ 1 ਤੇ 2 ਤੇ ਦੂਜੇ ਪਾਸੇ ਸੈਤਕ ਰੰਗ 1 ਤੇ 2 ਜਿਹੜੀਆਂ ਇਹ ਦੋਨੇ ਕਿਤਾਬਾਂ ਚਾਰੀ ਕਿਤਾਬਾਂ ਜਿਹੜੀਆਂ ਉਹ ਨੌਵੀਂ ਤੇ 10ਵੀਂ ਦੇ ਵਿੱਚ ਲੱਗੀਆਂ ਜਿਵੇਂ 1 1 ਵਾਲੀਆਂ ਕਿਤਾਬਾਂ ਜਿਹੜੀਆਂ ਉਹ ਨੌਵੀਂ ਚ ਨੇ 2 2 ਵਾਲੀਆਂ ਜਿਹੜੀਆਂ ਹੈਗੀਆਂ ਉਹ 10ਵੀਂ ਦੇ ਵਿੱਚ ਨੇ ਠੀਕ ਹੈ ਤੇ ਇਹਦੇ ਵਿੱਚ ਵੀ ਉਮੀ ਕਿਤਾਬਾਂ ਨੇ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਫਰਕ ਕੀ ਆ ਕਿ ਉਹਦੇ 'ਚ ਤਾਂ ਅਸੀਂ ਸਿਰਫ ਵਿਸ਼ਾ ਦੇਖਣਾ ਸੀਗਾ ਤੇ ਰੂਪਕ ਪੱਖ ਦੇਖਣਾ ਸੀ ਇਹਦੇ ਵਿੱਚ ਅਸੀਂ ਕਵੀ ਦੀ ਕਲਪਨਾ ਕਿਸ ਕਿਸਮ ਦੀ ਆ ਉਹਦੀ ਕਵਤਾ ਦਾ ਗੁਣ ਕੀ ਆ ਉਹਦੇ 'ਚ ਉੱਚਤਮ ਗੁਣ ਕਿਹੜੇ ਆ ਉਹਦੀ ਸ਼ੈਲੀ ਕਿਵੇਂ ਦੀ ਆ ਕਵਤਾ ਲਿਖਦਾ ਕਿਵੇਂ ਬੰਦਾ ਠੀਕ ਆ ਉਹਦਾ ਮਹਾਵਰਾ ਕਿਵੇਂ ਦਾ ਉਹ ਕਿਹੜੀ ਉਪਭਾਸ਼ਾ ਵਰਤਦਾ ਪਿਆ ਠੀਕ ਹੈ ਇਸੇ ਤਰ੍ਹਾਂ ਆਰਤਿਕ ਰਚਨਾਵਾਂ ਦੇ ਵਿੱਚ ਜਿਹੜੀ ਗੱਲ ਕਹਿਣੀ ਚਾਹੁੰਦਾ ਬੰਦਾ ਵਿਗਿਆਨਕ ਦ੍ਰਿਸ਼ਟੀਕੋਣ ਕੀ ਹੈ ਠੀਕ ਹੈ ਗੱਦ ਸ਼ੈਲੀ ਦੇ ਨਾਲ ਸੰਬੰਧਿਤ ਸਟਾਈਲ ਕੀ ਹੈ ਉਹਦਾ ਕੀ ਵਰਨਾਤਮਕ ਸਟਾਈਲ ਆ ਠੀਕ ਹੈ ਕੀ ਵਿਆਖਿਆਤਮਕ ਸਟਾਈਲ ਹੈਗਾ ਜਾਂ ਸੰਖੇਪ ਸਟਾਈਲ ਹੈ ਕੀ ਸਟਾਈਲ ਆ ਉਹਦਾ ਇਸੇ ਤਰ੍ਹਾਂ ਦੋਨੇ ਕਿਤਾਬਾਂ ਦਾ ਉਹੀ ਚੀਜ਼ਾਂ ਦੁਆਰੇ ਇਹਦੇ ਵਿੱਚ ਤੇ ਇਹਦੇ ਵਿੱਚ ਵੀ ਵਿਦਿਆਰਥੀ ਦੇ ਜਿਹੜਾ ਮਨ ਉੱਤੇ ਪਏ ਜਾਣ ਵਾਲੇ ਪ੍ਰਭਾਵ ਜਿਹੜਾ ਵਿਦਿਆਰਥੀ ਤੇ ਮਨ ਉੱਤੇ ਪਏ ਜਾਣ ਵਾਲੇ ਪ੍ਰਭਾਵ ਲਿਖਿਆ ਹੋਇਆ ਇਹਦਾ ਸਬੰਧ ਸਿੱਧਾ-ਸਿੱਧਾ ਪੈਡਾਗੋਜੀ ਦੇ ਨਾਲ ਹੈ ਪੈਡਾਗੋਜੀ ਦੇ ਨਾਲ ਹੈ ਪੈਡਾਗੋਜੀ ਪੜ੍ਹਨੀ ਪੈਣੀ ਹੈ ਪੈਡਾਗੋਜੀ ਦੇ ਸਵਾਲ ਹਰ ਹਾਲਤ ਆਉਣਗੇ ਉਹਨਾਂ ਨੇ ਮੈਂਸ਼ਨ ਕੀਤਾ ਹੈ ਨਵੇਂ ਸਿਲੇਬਸ ਦੇ ਵਿੱਚ ਪਹਿਲਾਂ ਇਹ ਸ਼ਾਮਲ ਨਹੀਂ ਸੀ ਇਸੇ ਤਰ੍ਹਾਂ ਜਿਹੜੀਆਂ ਕਾਂਗੀਆਂ ਨੇ ਠੀਕ ਹੈ ਜਿਵੇਂ ਮੌਨਤਾਰੀ ਕਾਂਗੀ ਆ ਠੀਕ ਹੈ ਤੁਹਾਡੀ ਜਿਹੜੀ ਕਿਤਾਬ ਹੈਗੀ ਆ ਇੱਕ 7ਵੀਂ ਦੀ ਉਹਦੇ ਵਿੱਚ ਲੱਗਿਆ ਹੋਇਆ ਪਾਲੀ ਭਪਿੰਦਰ ਦਾ ਕਾਂਗੀ ਲੱਗਿਆ ਹੈ ਸਿਰਜਣਾ ਠੀਕ ਆ ਉਹਦਾ ਵਿਸ਼ਾ ਕੀ ਆ ਉਹਦੇ ਵਿੱਚ ਪਾਤਰ ਕਿਹੜੇ-ਕਿਹੜੇ ਨੇ ਨਾਟ ਸ਼ੈਲੀ ਕਿਹੜੀ ਆ ਰੰਗਮੰਚ ਦੇ ਕਿਹੜੇ-ਕਿਹੜੇ ਪੱਖ ਆ ਉਹਦੇ ਵਿੱਚ ਠੀਕ ਹੈ ਤੇ ਹੁਣ ਕੀ ਉਹਦੀ ਪ੍ਰਸੰਗਿਕਤਾ ਇਸੀ ਤਰ੍ਹਾਂ ਜੀਵਨੀ ਹੈ ਜਿਹੜੀ ਜੀਵਨੀ ਕੀ ਹੁੰਦੀ ਹੈ ਜੀਵਨ ਦੇ ਤੱਤ ਕੀ ਹੁੰਦੇ ਨੇ ਜੀਵਨੀ ਦੇ ਵਿੱਚ ਕਿਸੇ ਬੰਦੇ ਦੀ ਜੀਵਨੀ ਚ ਕੀ ਕੁਝ ਪੇਸ਼ ਕੀਤਾ ਗਿਆ ਤਾਂ ਇਹਨਾਂ ਨੂੰ ਕਹਿੰਦੇ ਟੈਕਸਟ ਬੇਸ ਜਿਹੜੇ ਸਵਾਲ ਆਉਣਗੇ ਟੈਕਸਟ ਦੇ ਆਧਾਰ ਤੇ ਤੁਹਾਨੂੰ ਸਵਾਲ ਪੁੱਛੇ ਜਾਣਗੇ ਕੁਝ ਸਿੱਧੇ ਸਿੱਧੇ ਸਵਾਲ ਹੋਣਗੇ ਕੁਝ ਜਿਹੜਾ ਕਹਿੰਦੀ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਸਵਾਲ ਜਿਹੜੇ ਹੋਣਗੇ ਉਹ ਉਹਦੀ ਅੰਡਰਸਟੈਂਡਿੰਗ ਵਾਲੇ ਹੋਣਗੇ ਸਮਝ ਵਾਲੇ ਹੋਣਗੇ ਜਿੰਨਾਂ ਦਾ ਸਬੰਧ ਪੈਡਾਗੋਜੀ ਦੇ ਨਾਲ ਹੋਊਗਾ ਤਾਂ ਦੂਜਾ ਹਿੱਸਾ ਇਹ ਹੈ ਠੀਕ ਹੁਣ ਤੀਜਾ ਹਿੱਸਾ ਜਿਹੜਾ ਸਭ ਤੋਂ ਮਹੱਤਵਪੂਰਨ ਹੈਗਾ ਜਿਹਦੇ ਬਾਰੇ ਵਿਦਿਆਰਥੀਆਂ ਦੀ ਬਹੁਤ ਇਨਕੁਆਰੀ ਹੈਗੀ ਆ ਕਿਉਂਕਿ ਇਹ ਸਾਰਾ ਸਿਲੇਬਸ ਜਿਹੜਾ ਹੈਗਾ ਤੁਹਾਡੇ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਰਾ ਨਹੀਂ ਹੈਗਾ ਇਹਦੇ ਵਿੱਚ ਕੁਝ ਚੀਜ਼ਾਂ ਤੁਹਾਡੇ ਸਿਲੇਬਸ 'ਚ ਲੱਗੀਆਂ ਹੋਈਆਂ ਨੇ ਠੀਕ ਹੈ ਹੁਣ ਵਿਆਕਰਨ ਦਾ ਜਿਹੜਾ ਹੈਗਾ ਨਾ ਮੈਂ ਵਿਆਕਰਨ ਤੇ ਪੈਡਾਗੋਜੀ ਪਿਛਲੇ 7-8 ਸਾਲ ਤੋਂ ਪੰਜਾਬ ਦੇ ਵਿੱਚ ਪੜਾ ਰਿਹਾ ਪੀਐਸ ਟੈਟ ਸੀ ਟੈਟ ਠੀਕ ਹੈ ਤੁਹਾਡੇ ਐਚ ਟੈਟ ਦੇ ਵਿਦਿਆਰਥੀ ਬਹੁਤ ਵਿਦਿਆਰਥੀ ਪੜ ਗਏ ਪਾਸ ਕਰ ਚੁੱਕੇ ਆ ਤੇ ਟੀਜੀਡੀ ਪੰਜਾਬੀ ਦਾ ਬੈਚ ਸਾਡਾ ਹੁਣੇ ਮੁਕੰਮਲ ਹੋਇਆ ਜਿਹੜਾ ਹੁਣ ਪੇਪਰ ਆਉਣ ਜਾ ਰਿਹਾ ਹੈਗਾ ਠੀਕ ਹੈ 19 ਨਵੰਬਰ ਨੂੰ ਉਹਦੀ ਵੀ ਵਿਆਕਰਨ ਅਸੀਂ ਮੁਕੰਮਲ ਕਰਾਈ ਹੈ ਉਹਦੇ ਵਿੱਚ ਸਾਰੇ ਦਾ ਸਾਰਾ ਡਿਟੇਲ ਦੇ ਵਿੱਚ ਕਰਿਆ ਵਰਣਬੋਧ ਲਗਾ ਮਾਤਰਾ ਲਗਾਖਰ ਸ਼ਬਦ ਬੋਧ ਨਾਮ ਪੜਨਾਮ ਸਾਰੀਆਂ ਇਹ 8 ਸ਼ਬਦ ਸ਼੍ਰੇਣੀਆਂ ਹੁੰਦੀਆਂ ਸ਼ਬਦ ਰਚਨਾ ਕਿਵੇਂ ਹੁੰਦੀ ਹੈ ਗੇਤਪ ਵਿਸ਼ੇਤਰ ਕਿਵੇਂ ਲੱਭੀ ਦੀਆ ਵਾਕਬੋਧ ਕਿਵੇਂ ਵਾਕ ਬਣਦਾ ਕਿਸਮਾਂ ਕਿਹੜੀਆਂ ਹੁੰਦੀਆਂ ਵਾਕ ਰੀਆਂ ਵਿਰੋਧੀ ਸਮਾਨਾਰਥੀ ਮਹਾਵਰੇ ਖਾਨ ਪੰਜਾਬੀ ਭਾਸ਼ਾ ਦੇ ਗੁਰਮੁਖੀ ਲਿਪੀ ਦਾ ਸੰਬੰਧਤ ਕੀ ਹੈ ਭਾਸ਼ਾ ਦਾ ਮੁੱਢ ਕਿਵੇਂ ਭਾਸ਼ਾ ਕਿੱਥੋਂ ਪੈਦਾ ਹੋਈ ਹੈ ਠੀਕ ਹੈ ਵਹਿਦ ਇੱਕ ਸੰਸਕ੍ਰਿਤ ਜਿਹੜੀ ਇਹਦੀ ਜਨਮਦਾਤੀ ਹੈ ਗੁਰਮੁਖੀ ਲਿਪੀ ਦੀ ਜਨਮਦਾਤੀ ਕਿਹੜੀ ਹੈ ਜੀ ਬ੍ਰਹਮੀ ਲਿਪੀ ਹੈ ਠੀਕ ਹੈ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਨਾਲ ਸੰਬੰਧਤ ਕਿ ਪੰਜਾਬੀ ਦਾ ਮਤਲਬ ਕਿ ਮਾਝੇ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਮਾਲਵੇ ਦੇ ਵਿੱਚ ਕਿਹੜੀ ਬੋਲੀ ਜਾਂਦੀ ਆ ਮਲਵਈ ਪੁਆਧੀ ਕਿੱਥੇ ਬੋਲੀ ਜਾਂਦੀ ਆ ਸੱਭਿਆਚਾਰ ਦਾ ਮਤਲਬ ਕਿ ਸੁਹਾਗ ਕੀ ਕੁੜੀ ਦੇ ਵਿਆਹ ਚ ਗਾਇਆ ਜਾਂਦਾ ਜਾਂ ਮੁੰਡੇ ਦੇ ਵਿਆਹ ਦੇ ਵਿੱਚ ਕੀ ਜਿਹੜਾ ਨੁਕਰਾ ਗਹਿਣਾ ਜਾਂ ਭਗਿਆੜੀ ਗਹਿਣਾ ਠੀਕ ਹੈ ਜਾਂ ਤੁੰਗਲ ਗਹਿਣਾ ਇਹ ਕੀ ਕੰਨ ਚ ਨੱਕ ਚ ਪਾਏ ਜਾਂਦੇ ਕਿੱਥੇ ਪਾਏ ਜਾਂਦੇ ਆ ਤਾਂ ਇਦਾਂ ਦੇ ਸਵਾਲ ਜਿਹੜੇ ਤੁਹਾਨੂੰ ਵਿਆਕਰਨ ਦੇ ਭਾਗ ਦੇ ਵਿੱਚ ਆਉਣੇ ਆ ਤੇ ਇਹ ਸਾਰੇ ਦਾ ਸਾਰਾ ਕਹਿ ਲਈਏ ਕਿ ਆ ਥੋੜੀਆਂ ਕਲਾਸਾਂ ਦੇ ਵਿੱਚ ਆਲਰੇਡੀ ਰਿਕਾਰਡਡ ਫਾਰਮ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈ ਔਰ ਕੋਡ ਫਾਰਮ ਵੀ ਤੁਹਾਨੂੰ ਦਿੱਤੀ ਜਾਊਗੀ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਸੁਣ ਸਕੋ ਕਰ ਸਕੋ ਤੇ ਇਹਨਾਂ ਦੀ ਲਾਈਵ ਕਲਾਸਾਂ ਵੀ ਡਾਊਟ ਕਲਾਸਾਂ ਲਈਆਂ ਜਾਣਗੀਆਂ ਠੀਕ ਹੈ ਤੇ ਮੈਂ ਤੁਹਾਨੂੰ ਆ ਜਿਹੜਾ ਹੈਗਾ ਮੋਟਾ ਮੋਟਾ ਦਿਖਾਉਣਾ ਚਾਹਣਾ ਵੈਸੇ ਤੁਹਾਨੂੰ ਤਾਂ ਪਤਾ ਹੀ ਹੈਗਾ ਕਿ ਅ ਦੇਖੋ ਜਿਹੜਾ ਜਿੱਦਾਂ ਹੁਣ ਆ ਕਿਤਾਬ ਹੈਗੀ ਊਡਾਨ 8ਵੀਂ ਦੀ ਠੀਕ ਹੈ ਇਹ ਇਹ ਕਿਤਾਬ ਹੈਗੀ ਹੈ ਸਾਡੇ ਕੋਲ ਸਾਰੀਆਂ ਕਿਤਾਬਾਂ ਪੀਡੀਐਫ ਰੂਪ ਦੇ ਵਿੱਚ ਅਵੇਲੇਬਲ ਨੇ ਨੋਟਸ ਵੀ ਅਵੇਲੇਬਲ ਹੈਗੇ ਤੁਹਾਨੂੰ ਸਾਰਾ ਕੁਝ ਮਿਲੂਗਾ ਆ ਪਾਠ ਦਾ ਨਾਮ ਅਸੀਂ ਦੇਖਣਾ ਹੁੰਦਾ ਲੇਖਕ ਦਾ ਨਾਮ ਦੇਖਣਾ ਹੁੰਦਾ ਠੀਕ ਜਿਵੇਂ ਹੁਣ ਆ ਕਪਤਾ ਹੈ ਪ੍ਰਤਾਪ ਸਿੰਘ ਸਰਾਬੇ ਦੀ ਹਿੰਦਵਾਸੀਆਂ ਨੂੰ ਅੰਤਮ ਸੰਦੇਸ਼ ਪੁੱਛਿਆ ਜਾ ਸਕਦਾ ਕਿ ਹਿੰਦਵਾਸੀ ਨੂੰ ਅੰਤਮ ਸੰਦੇਸ਼ ਜਿਹੜੀ ਰਚਨਾ ਕਿਹਦੀ ਹੈ ਕਰਤਾਰ ਸਿੰਘ ਸਰਾਬੇ ਦੀ ਹੈ ਠੀਕ ਹੈ ਇਦਾਂ ਦੀ ਗੱਲ ਆ ਕਿਦੇ ਸੰਬੰਧੀ ਹੈਗੀ ਹੈ ਦੇਸ਼ ਭਗਤੀ ਦੀ ਹੈ ਦੇਸ਼ ਪ੍ਰੇਮ ਦੀ ਹੈਗੀ ਆ ਠੀਕ ਹੈ ਕੌਣ ਫਾਂਸੀ ਚੜਨ ਲੱਗੇ ਸੀ ਕਿਉਂ ਇਦਾਂ ਦੇ ਸਵਾਲ ਬਣ ਜਾਂਦੇ ਹੁੰਦੇ ਆ ਠੀਕ ਹੈ ਅਬਰਾਹਮ ਲਿੰਕਨ ਦਾ ਪੱਤਰ ਹੈ ਅਧਿਆਪਕ ਦੇ ਨਾਮ ਇਹਦੇ ਵਿੱਚ ਕਿਹੜੇ ਕਿਹੜੇ ਥਾਵਾਂ ਦੀ ਜ਼ਿਕਰ ਆਉਂਦਾ ਕਿਹੜੇ ਕਿਹੜੇ ਨਾਵਾਂ ਦਾ ਜ਼ਿਕਰ ਆਉਂਦਾ ਇਸ ਤਰ੍ਹਾਂ ਦੇ ਸਵਾਲ ਜਿਹੜੇ ਬਣ ਸਕਦੇ ਆ ਇਸ ਤਰ੍ਹਾਂ ਸਹਿਤਕ ਕਰਨਾ ਜਿਹੜੀ ਕਿਤਾਬ ਲੱਗੀ ਹੋਈ ਹੈ ਤੁਹਾਡੇ ਅ ਨੌਵੀਂ ਜਮਾਤ ਦੇ ਵਿੱਚ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਠੀਕ ਹੈ ਬਾਬਾ ਫਰੀਦ ਇਹਨਾਂ ਬਾਰੇ ਤਾਂ ਚਲੋ ਹੋਰ ਵੀ ਬਹੁਤ ਸਾਰੇ ਸਾਡੇ ਕੋਲ ਨੋਟਸ ਹੈਗੇ ਡਿਟੇਲ ਦੇ ਵਿੱਚ ਪਰ ਤੁਹਾਨੂੰ ਸ਼ਾਰਟ ਦੇ ਵਿੱਚ ਕਿਉਂਕਿ ਕ੍ਰੈਸ਼ ਕੋਰਸ ਹੈ ਕ੍ਰੈਸ਼ ਕੋਰਸ ਦਾ ਮਤਲਬ ਹੁੰਦਾ ਸ਼ਾਰਟ ਦੇ ਵਿੱਚ ਕਰਾਉਣਾ ਪਾ ਦੇਣੀ ਹੈ ਜਿਹੜੀਆਂ ਤੁਹਾਡੇ ਪੇਪਰ 'ਚ ਆਉਣੀਆਂ ਤਾਂ ਕਿ ਨੰਬਰ ਤੁਹਾਡੇ ਪੂਰੇ ਆ ਜਾਣ ਠੀਕ ਹੈ ਇਹ ਹੁੰਦਾ ਕ੍ਰੈਸ਼ ਕੋਰਸ ਦਾ ਮਤਲਬ ਫਰੀਦਾ ਜਦੋਂ ਅਕਲ ਲਤੀਫ ਹੁਣ ਇਹ ਕੀਦਾ ਜੀ ਸ਼ਲੋਕ ਕੀਦਾ ਬਾਬਾ ਫਰੀਦ ਦਾ ਬਾਬਾ ਫਰੀਦ ਕਦੋਂ ਜੰਮੇ 1173 ਨੂੰ ਜੰਮੇ ਪਿੰਡ ਖੋਤਵਾਲ ਚ ਜੰਮੇ ਤੇ ਇਹਨਾਂ ਦੀ ਡੈਥ ਕਦੋਂ ਹੋਈ 1266 ਤੋਂ ਹੋਈ ਤਾਂ 1173 ਤੋਂ 1266 ਸਦੀ ਕਿਹੜੀ ਬਣਦੀ ਹੈ ਜੀ 12ਵੀਂ 13ਵੀਂ ਸਦੀ ਬਣਦੀ ਹੈ ਠੀਕ ਹੈ ਕਿਹੜੇ ਸਿਲਸਿਲੇ ਨਾਲ ਸੰਬੰਧਤ ਸੀਗੇ ਇਹ ਚਿਸ਼ਤੀ ਸਿਲਸਿਲੇ ਨਾਲ ਸੰਬੰਧਤ ਸੀਗੇ ਗੁਰੂ ਕੌਣ ਸੀਗੇ ਜੀ ਬਖਤਿਆਰ ਕਾਕੀ ਇਹਨਾਂ ਦੇ ਗੁਰੂ ਸੀਗੇ ਠੀਕ ਹੈ ਇਦਾਂ ਦੇ ਸਵਾਲ ਕੇ ਕੁਸ਼ੇ ਤੋਂ ਬਾਅਦ ਕੁਸ਼ ਫਿਰ ਇਹਦੇ ਵਿੱਚ ਆ ਜਾਣਗੇ ਮਤਲਬ ਆ ਤੁਹਾਨੂੰ ਸ਼ਲੋਕ ਦੇ ਕੇ ਪੁੱਛ ਲਿਆ ਜਾਊਗਾ ਕਿ ਇਸ ਸ਼ਲੋਕ ਕਿਹਦਾ ਠੀਕ ਹੈ ਜਾਂ ਆਹ ਸ਼ਲੋਕ ਦੇ ਕੇ ਇਹਦਾ ਭਾਵ ਪੁੱਛ ਲਿਆ ਜਾਊਗਾ ਕਿਉਂਕਿ ਕੇਂਦਰੀ ਭਾਵ ਵਿਚਾਰ ਪੁੱਛਣਾ ਨਾ ਕਿ ਫਰੀਦਾ ਜਿੱਦੂ ਅਕਲ ਲਤੀਫ ਕਾਲੇ ਲੇਖ ਨ ਲੇਖ ਅਪਣੇ ਗਰੀਵਾਨੋਂ ਵਿੱਚ ਮੈਂ ਸਿਰ ਨੀਵਾ ਕਰਕੇ ਦੇਖੇ ਇਹਦਾ ਮਤਲਬ ਕੀ ਆ ਕੀ ਕਹਿਣਾ ਕੀ ਚਾਹੁੰਦਾ ਬੰਦਾ ਜਾਂ ਕਿਸੇ ਸ਼ਬਦ ਦਾ ਮਤਲਬ ਪੁੱਛ ਲੂਗਾ ਕਿ ਜਿਹੜਾ ਕਹੇ ਲਈ ਕਿ ਗਰੀਵਾਨ ਕੀ ਹੁੰਦਾ ਗਰੀਵਾਨ ਕਿਹਨੂੰ ਕਹਿੰਦੇ ਆ ਜੀ ਆਣਾ ਗਰੀਵਾਨ ਕਿਹਨੂੰ ਕਹਿੰਦੇ ਆ ਬੁੱਕਲ ਨੂੰ ਕਹਿੰਦੇ ਇੱਧਰ ਲਿਖੇ ਵੀ ਹੋਏ ਨੇ ਹੋਰ ਵੀ ਪੁੱਛ ਸਕਦੇ ਆ ਐਦਾਂ ਦੇ ਸਵਾਲ ਤੁਹਾਨੂੰ ਬਣ ਸਕਦੇ ਹੈਗੇ ਆ ਠੀਕ ਹੈ ਇਸੇ ਤਰ੍ਹਾਂ ਸਹਿਤਕ ਰੰਗ ਆ ਬਣ ਕੀ ਸਕਦੇ ਆ ਇਹ ਤਾਂ ਸਵਾਲ ਪਹਿਲਾਂ ਤੁਹਾਨੂੰ ਬਹੁਤ ਰੈਪੀਟੇਟਿਵਲੀ ਆਏ ਹੋਏ ਆ ਠੀਕ ਹੈ ਇਹਦੇ ਚ ਕਹਾਣੀਆਂ ਨੇ ਜਿਵੇਂ ਸੰਤੋਖ ਸਿੰਘ ਧੀਰ ਦੀ ਕਹਾਣੀ ਇੱਕ ਸਧਾਰਨ ਆਦਮੀ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਸੰਤੋਖ ਸਿੰਘ ਧੀਰ ਨੇ ਠੀਕ ਹੈ ਇਹਨਾਂ ਨੇ ਕਿਹੜੀਆਂ ਕਿਹੜੀਆਂ ਕਹਾਣੀਆਂ ਕਹਾਣੀਆਂ ਤੁਹਾਡੇ ਸਿਲੇਬਸ ਦੇ ਵਿੱਚ ਨੇ ਠੀਕ ਹੈ ਇੱਕ ਸਧਾਰਨ ਆਦਮੀ ਦਾ ਵਿਸ਼ਾ ਕੀ ਹੈ ਇਹ ਕਦੋਂ ਜਨਮੇ ਆ ਕਿੱਥੇ ਜਨਮੇ ਆ ਕੀ ਇਹ ਮਾਲਵੇ ਦੇ ਸੀਗੇ ਮਾਝੇ ਦੇ ਸੀਗੇ ਠੀਕ ਹੈ ਇਹਨਾਂ ਇਹਨਾਂ ਨੇ ਮਨੋਵਿਗਿਆਨਕ ਕਹਾਣੀਆਂ ਲਿਖੀਆਂ ਠੀਕ ਹੈ ਮਨੋਵਿਗਿਆਨਕ ਕਹਾਣੀਆਂ ਲਿਖੀਆਂ ਤੇ ਇਹ ਪੰਜਾਬੀ ਅਸਲੀ ਪਟਿਆਲਾ ਦੇ ਵਿੱਚ ਫੈਲੋ ਰਹੇ ਇਸ ਧਾਰਨਾ ਆਦਮੀ ਦੇ ਵਿੱਚ ਪਾਤਰ ਕਿਹੜੇ-ਕਿਹੜੇ ਨੇ ਠੀਕ ਆ ਪਾਤਰਾਂ ਦੇ ਨਾਮ ਪੁੱਛੇ ਜਾ ਸਕਦੇ ਨੇ ਕਹਾਣੀ ਦੀ ਕਥਾ ਪੁੱਛੀ ਜਾ ਸਕਦੀ ਆ ਠੀਕ ਆ ਜੀ ਜਿਉਣਾ ਇਹਦੇ ਵਿੱਚ ਪਾਤਰ ਹੈ ਬਚਨ ਸਿੰਘ ਦੇ ਵਿੱਚ ਪਾਤਰ ਹੈ ਇਦਾਂ ਦੇ ਸਵਾਲ ਤੁਹਾਨੂੰ ਪੁੱਛੇ ਜਾ ਸਕਦੇ ਆ ਇਹ ਤਾਂ ਟਿਜੀਟੀ ਲੈਵਲ 2 ਵਾਲਿਆਂ ਦਾ ਸੀ ਇਸੇ ਤਰ੍ਹਾਂ ਜਿਹੜਾ ਲੈਵਲ 3 ਵਾਲੇ ਹੈਗੇ ਆ ਉਹਨਾਂ ਦੇ ਲੱਗੀ ਹੋਈ ਆ ਦੇ ਨ ਕੋ ਗਦਰ ਰਤਨਾਕਰ ਪਲੱਸ 2 ਦੇ ਵਿੱਚ ਲੱਗੀ ਹੋਈ ਆ ਠੀਕ ਹੈ ਜਿਹਦੇ ਵਿੱਚ ਗੱਦ ਵਾਲੇ ਜਿਹੜਾ ਕਹਿ ਲਈ ਕਿ ਵਾਰਤਕ ਦੇ ਲੇਖਕ ਨੇ ਸਾਡੇ ਕੋਲੇ ਹਨਾ ਭਾਈ ਮੋਹਨ ਸਿੰਘ ਵੈਦ ਦੀ ਵਾਰਤ ਕੇ ਚਰਨ ਸਿੰਘ ਸ਼ਹੀਦ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਤੇਜਾ ਸਿੰਘ ਦੀ ਸਾਰਾ ਦਾ ਸਾਰਾ ਪੜਾਇਆ ਜਾਊਗਾ। ਇਸੇ ਤਰ੍ਹਾਂ ਕਾਵ ਕੀਰਤੀ ਕਿਤਾਬ ਲੱਗੀ ਉਹਨਾਂ ਨੂੰ ਪੀਜੀਟੀ ਦੇ ਵਿੱਚ ਠੀਕ ਹੈ ਭਾਈ ਵੀਰ ਸਿੰਘ ਨੇ ਕਿਹੜੀਆਂ ਕਿਹੜੀਆਂ ਕਵਤਾਵਾਂ ਨੇ ਕੰਬ ਦੀ ਕਲਾਈ ਦਾ ਵਿਸ਼ਾ ਕੀਆ ਮਹਿੰਦੀ ਦਾ ਵਿਸ਼ਾ ਕੀਆ ਟੁਕੜੀ ਜਾ ਕੇ ਤੋਂ ਨਿਆਰੀ ਦਾ ਵਿਸ਼ਾ ਕੀ ਜਮੇ ਟੁਕੜੀ ਜਾ ਕੇ ਤੋਂ ਨਿਆਰੀ ਆ ਇਹਨਾਂ ਨੇ ਕਿਹੜੀ ਧਰਤੀ ਨੂੰ ਕਿਹਾ ਕਸ਼ਮੀਰ ਨੂੰ ਕਿਹਾ ਇਹਨਾਂ ਨੇ ਠੀਕ ਹੈ ਕਸ਼ਮੀਰ ਨੂੰ ਕਿਹਾ ਠੀਕ ਹੈ ਜੀ ਇਸੇ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਹੁਣ ਮੇਜਰ ਹਿੱਸਾ ਹੈਗਾ ਸਾਡਾ ਵਿਆਕਰਨ ਦਾ ਦੇਖੋ ਹੁਣ ਵਿਆਕਰਨ ਦੇ ਸਾਡੇ ਕੋਲੇ ਜਿਹੜਾ ਕਹਿ ਲਈਏ ਕਿ ਸਾਰੇ-ਸਾਰੇ ਜਿਹੜਾ ਨੋਟਸ ਅਵੇਲੇਬਲ ਹੈਗੇ ਆ ਡਿਟੇਲ ਦੇ ਵਿੱਚ ਸਾਰੇ ਹਿੱਸਿਆਂ ਦੇ ਜਿੰਨੇ ਵੀ ਹਿੱਸੇ ਹੈਗੇ ਹਨ ਆਪਣੇ ਕੋਲੇ ਸਾਰਿਆਂ ਦੇ ਪੰਜਾਬੀ ਵਿਆਕਰਨ ਦੇ ਵਿੱਚ ਜਿਵੇਂ ਦੇ ਚਾਰ ਅੰਸ਼ ਹਿੱਸੇ ਨੇ ਧੁਨੀ ਸ਼ਬਦ ਅਰਥ ਬੋਧ ਕਿ ਚਾਰ ਮੰਨਣੇ ਜਾਂ ਕਿੰਨੇ ਮੰਨਣੇ ਇਹ ਵੀ ਗੱਲ ਕਲੀਅਰ ਹੁੰਦੀ ਕਰਵਾਈ ਜਾਊਗੀ ਭਾਸ਼ਾ ਦੇ ਬੋਲੀ ਭਾਸ਼ਾ ਕੀ ਹੁੰਦੀ ਆ ਬੋਲੀ ਕੀ ਹੁੰਦੀ ਆ ਠੀਕ ਹੈ ਇਸੇ ਤਰ੍ਹਾਂ ਦੇਖੋ ਉਦਵਦਰ ਲਿਪੀ ਕੀ ਹੈ ਲਿਪੀ ਹੈਗੀ ਨਾ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਕਿਹੜੀ ਲਿਪੀ ਹੈ ਗੁਰਮੁਖੀ ਲਿਪੀ ਹੈ ਟਕਵੀ ਲਿਪੀ ਕਿਹੜੀ ਹੈ ਗੁਰਮੁਖੀ ਹੈ ਵੈਸੇ ਕਿੰਨੀਆਂ ਵਰਤੀ ਜਾਂਦੀਆਂ ਸ਼ਾਹਮੁਖੀ ਵੀ ਵਰਤੀ ਜਾਂਦੀ ਹੈ ਤੇ ਗੁਰਮੁਖੀ ਵੀ ਵਰਤੀ ਜਾਂਦੀ ਹੈ ਸ਼ਾਹਮੁਖੀ ਕਿੱਥੇ ਬੋਲੀ ਜਾਂਦੀ ਹੈ ਪਾਕਿਸਤਾਨੀ ਪੰਜਾਬ ਦੇ ਵਿੱਚ ਗੁਰਮੁਖੀ ਕਿੱਥੇ ਬੋਲੀ ਜਾਂਦੀ ਹੈ ਠੀਕ ਹੈ ਭਾਰਤੀ ਪੰਜਾਬ ਚ ਇਹ ਕਿਤਾਬਾਂ ਇਹ ਸਾਰੀ ਜਾਣਕਾਰੀ ਤੁਹਾਡੀਆਂ ਕਿਤਾਬਾਂ ਦੇ ਵਿੱਚ ਨਹੀਂ ਹੈਗੀ ਠੀਕ ਹੈ ਇਹ ਤੁਹਾਨੂੰ ਅਲੱਗ ਤੋਂ ਪੜ੍ਹਨੀ ਪੈਣੀ ਹੈ ਤੇ ਸਾਡੇ ਕੋਲੇ ਸਾਰੇ ਦਾ ਸਾਰਾ A to Z ਇਹਨਾਂ ਦੇ MCQ ਵੀ ਅਵੇਲੇਬਲ ਆ ਹੋਰ ਤਾਂ ਛੱਡੋ ਕੱਲੀ-ਕੱਲੀ ਸਵਾਲ ਤੁਹ ਠੀਕ ਹੈ ਗੁਰਮੁਖੀ ਵਰਣਮਾਲਾ ਦੇ ਕੁੱਲ ਅੱਖਰ ਕਿੰਨੇ ਆ ਜੀ 41 ਅੱਖਰ ਹੈ ਮੁੱਢਲੇ ਅੱਖਰ ਕਿੰਨੇ 35 ਹੈ ਪੈਰ ਬਿੰਦੀ ਵਾਲੇ ਕਿੰਨੇ 6 ਹੈ ਪੈਰ ਬਿੰਦੀਆਂ ਨਾਲ ਚਾਰ ਵੀ ਫਾਰਸੀ ਕਿੰਨੇ ਆ 5 ਹੈ ਠੀਕ ਹੈ ਹੁੰਠੀ ਧੁਨੀਆਂ ਕਿਹੜੀਆਂ ਨੇ ਆਹਾ ਨੇ ਤਾਂ ਇਹਨਾਂ ਦੀ ਵੰਡ ਕਿਵੇਂ ਹੁੰਦੀ ਹੈ ਸਾਰਾ ਕੁਝ ਦੁੱਤ ਅੱਖਰ ਕਿਹੜੇ ਹੁੰਦੇ ਜੀ ਹਾ ਹਾ ਰਾ ਵਾ ਵਾ ਤਿੰਨ ਦੁੱਤ ਅੱਖਰ ਨੇ ਠੀਕ ਹੈ ਲਗਾ ਮਾਤਰਾ ਕਿੰਨੀਆਂ ਜੀ 9 ਜਾਂ 10 ਇਹ ਕਲੀਅਰ ਕੀਤਾ ਜਾਊਗਾ ਲਗਾਖਰ ਬਿੰਦੀ ਟਿੱਪੀ ਅੱਧਕ ਬਿੰਦੀ ਟਿੱਪੀ ਬਿੰਦੀ ਕਿੰਨੇ ਨਾਲ ਲੱਗਦੀ ਹੈ ਬਿੰਦੀ 6 ਨਾਲ ਲੱਗਦੀ ਹੈ 6 ਲਗਾ ਦੇ ਨਾਲ ਲੱਗਦੀ ਹੈ ਟਿੱਪੀ 4 ਲਗਾ ਨਾਲ ਲੱਗਦੀ ਅੱਧ ਕਿ 3 ਨਾਲ ਲਗਾ ਦੇ ਨਾਲ ਲੱਗਦਾ ਠੀਕ ਹੈ ਜੀ ਫਿਰ ਇਸੇ ਤਰ੍ਹਾਂ ਸਵਰਤਿ ਵਿਅੰਜਨ ਦੀ ਵੰਡ ਕਿਹੜੇ ਕਿਹੜੇ ਅੰਗ ਉਚਾਰ ਦੇ ਹੈਗੇ ਆ ਤਾਂ ਜਿੰਨਾ ਵੀ ਵਿਆਕਰਨ ਦਾ ਹਿੱਸਾ ਹੈਗਾ ਮਤਲਬ ਤੁਹਾਡੇ ਲੈਵਲ ਤੇ ਕਰਵਾਉਣ ਵਾਲਾ ਭਾਵੇਂ ਲੈਵਲ 2 ਆ ਹੋ ਤੇ ਭਾਵੇਂ ਉਹ ਲੈਵਲ 3 ਆ ਦੇਖੋ ਲੈਵਲ 3 ਵਾਲੇ ਵਿਦਿਆਰਥੀ ਕਹਿ ਦੇਣਗੇ ਸਾਡੀ ਗੱਲ ਨਹੀਂ ਕਰ ਰਿਹਾ ਕੋਈ ਦੇਖੋ ਤੁਹਾਡਾ ਜਿਹੜਾ 9ਵੀਂ ਤੋਂ 12ਵੀਂ ਵਾਲਾ ਸਿੱਖਿਆ 9ਵੀਂ ਤੇ 10ਵੀਂ ਵਾਲਾ ਉਹਦਾ ਕਾਮਨ ਹੀ ਹੈ ਠੀਕ ਆ ਉਹਦਾ ਕਾਮਨ ਹੀ ਆ ਸਾਰਾ ਉਹ ਵਾਲੇ ਵਿਅਰਥੀ ਨੇ ਵੀ ਕਰਨਾ ਤੇ ਲੈਵਲ 3 ਵਾਲੇ ਵੀ ਕਰਨਾ ਲੈਵਲ ਦੇ ਵਿੱਚ ਵੱਖਰਾ ਕੀ ਹੈ 11ਵੀਂ ਦੇ 12ਵੀਂ ਜਿਵੇਂ ਕਾਪ ਕਮਾਈ ਲੱਗੀ ہوئی ਹੈ ਇਹਦੇ ਵਿੱਚ ਬਾਣੀ ਧਾਰਾ ਸੂਫੀ ਹੈ ਵਾਰ ਕਿੱਸਾ ਠੀਕ ਹੈ ਸ਼ਾਹ ਮੁਹੰਮਦ ਦਾ ਜੰਗ ਨਮਾ ਚੰਡੀ ਦੀ ਵਾਰ ਹੈ ਠੀਕ ਹੈ ਇਹਦੇ ਵਿੱਚ ਦਮੋਦਰ ਦਾ ਕਿੱਸਾ ਪੀਲੂ ਦਾ ਕਿੱਸਾ ਹੈ ਠੀਕ ਹੈ ਸੂਫੀ ਦੇ ਵਿੱਚ ਬੁੱਲੇ ਸ਼ਾਹ ਸ਼ਾਹ ਹੁਸੈਨ ਹੈ ਗੁਰਮਤੇ ਬਾਣੀ ਧਾਰਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਇਹ ਨੇ ਠੀਕ ਹੈ ਜੀ ਕਥਾ ਕਹਾਣੀ ਪੰਜਾਬੀ ਆਦਮੀ ਦਿੱਲੀ ਨੇ ਛਾਪੀ ਹੈ ਜਿਹਦੇ ਵਿੱਚ ਗੁਲਾਸ ਸਿੰਘ ਵਿਰਕ ਦੀ ਕਹਾਣੀ ਹੈ ਸੰਦੋਖ ਸਿੰਘ ਧੀਰ ਦੀਆਂ ਕਹਾਣ ਇਸੀ ਤਰ੍ਹਾਂ ਕਾਵਿ ਕੀਰਤੀ ਦੇ ਵਿੱਚ ਕਵਤਾ ਅਦਨ ਗਦਰ ਤਨਾਕਰ ਪੰਜਾਬੀ ਹਿਸਟਰੀ ਪਟਿਆਲਾ ਨੇ ਛਾਪੀ ਹੈ ਵੀ ਪੰਜਾਬੀ ਹਿਸਟਰੀ ਪਟਿਆਲਾ ਨੇ ਛਾਪੀ ਆ ਸ਼ੋਭਾ ਸ਼ਕਤੀ ਨਾਟਕ ਹੈਗਾ ਹਰਚਰਨ ਸਿੰਘ ਦਾ ਠੀਕ ਹੈ ਇਹਦੇ ਵਿੱਚ ਕੀ ਕੁਝ ਹੈਗਾ ਸਾਰਾ ਕੁਝ ਤੇ ਤੀਜਾ ਹਿੱਸਾ ਤੁਹਾਡਾ ਕਾਮਨ ਹੀ ਹੈਗਾ ਬਦਲਤੀ ਜੈਸਾ ਲੈਵਲ 2 ਵਾਲੇ ਦੇ ਲਈ ਤੇ ਲੈਵਲ 3 ਵਾਲੇ ਦੇ ਕਾਮਨਲੀ ਆ ਜੋ ਜਿਸ ਜਿਸ ਪੱਧਰ ਦਾ ਲੈਵਲ 2 ਵਾਲੇ ਨੇ ਪੜ੍ਹਨਾ ਉਸ ਪੱਧਰ ਦਾ ਹੀ ਲੈਵਲ 3 ਵਾਲੇ ਵਿਦਿਆਰਥੀ ਨੇ ਪੜ੍ਹਨਾ ਤੇ ਇਹ ਸਾਰੇ ਦਾ ਸਾਰਾ ਆਲਰੇਡੀ ਰਿਕਾਰਡਡ ਫੌਨ ਦੇ ਵਿੱਚ ਹੈਗਾ ਜਲਦੀ ਤੋਂ ਜਲਦੀ ਕ੍ਰੈਸ਼ ਕੋਰਸ ਜੋਇਨ ਕਰੋ ਤੇ ਇਹਨਾਂ ਕਲਾਸਾਂ ਨੂੰ ਸ਼ੁਰੂ ਕਰ ਦਿਓ ਇਹਨਾਂ ਦੇ ਐਮਸੀਕਿਊ ਵੀ ਪਏ ਆ ਕੱਲੇ ਕੱਲੇ ਹਿੱਸੇ ਦੇ ਲਗ ਮਾਤਰਾ ਦੇ ਵਰਨ ਦੇ ਲਗਾਖਰ ਦੇ ਨਾਮ ਦੇ ਪੜਨਾਮ ਦੇ ਅਗੇਤਰ ਪਿਸ਼ੇਤਰ ਦੇ ਸ਼੍ਰਾਮ ਚਿੰਨਾ ਦੇ ਮਾਂ ਆਖਾਨ ਮਾਵਰਿਆਂ ਦੇ ਐਮਸੀਕਿਊ ਵੀ ਕੱਲੀ ਕੱਲੀ ਚੀਜ਼ ਦੇ ਪਏ ਨੇ 100 100 ਐਮਸੀਕਿਊ ਦੀਆਂ রেকর্ডিং ਪਈਆਂ ਸਾਰਾ ਕੁਝ ਪਿਆ ਠੀਕ ਆ ਕ੍ਰੈਸ਼ ਕੋਰਸ ਦਾ ਮਤਲਬ ਹੈ ਕਿ ਅਸੀਂ ਇੰਨੇ ਦਿਨਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਿਲੇਬਸ ਕਰਨਾ ਵੱਧ ਤੋਂ ਵੱਧ ਐਫੀਸ਼ੀਐਂਸੀ ਦਿਖਾਉਣੀ ਆ ਘੱਟ ਟਾਈਮ 'ਚ ਜ਼ਿਆਦਾ ਚੀਜ਼ਾਂ ਕਰਨੀਆਂ ਠੀਕ ਆ ਜਿੰਨਾਂ ਉਹਨਾਂ ਸਿਲੇਬਸ ਕਵਰ ਕਰੂਗਾ ਤੇ ਗਾਰੰਟੀ ਹੈ ਤੁਹਾਡੇ ਨੰਬਰ ਨਹੀਂ ਕੱਟਦੇ ਠੀਕ ਹੈ ਜੀ ਤੇ ਜਿਹੜਾ ਪੈਡਾਗੋਜੀ ਵਾਲਾ ਹਿੱਸਾ ਹੁੰਦਾ ਤੁਹਾਡਾ ਹੁਣ ਦੇਖੋ ਹੁਣ ਪੈਡਾਗੋਜੀ ਦੇ ਵਿੱਚ ਕੀ ਹੈ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦੇਣਾ ਪਹਿਲਾਂ ਵਾਲੀ ਡੈਮੋ ਦੇ ਵਿੱਚ ਵੀ ਦੱਸਿਆ ਸੀਗਾ ਆ ਦੇਖੋ ਪੰਜਾਬੀ ਭਾਸ਼ਾ ਦਾ ਦੇ ਆਪਣੇ ਮਾਤ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਦੀ ਕਿਵੇਂ ਸਿੱਖਿਆ ਕਰਾਈ ਜਾਣੀ ਹੈ ਠੀਕ ਹੈ ਇੱਕ ਉਸ ਕਨਸੈਪਚੁਅਲ ਸਵਾਲ ਨੇ ਇਸੇ ਤਰ੍ਹਾਂ ਆ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ ਪੜਾਉਣ ਦੀਆਂ ਵਿਧੀਆਂ ਹੁਣ ਆਪਣੇ ਸਿਲੇਬਸ ਤਾਂ ਲੱਗੀ ਹੋਈ ਹੈ ਆ ਬੱਚੇ ਨੂੰ ਕਾ ਪੜਾਉਣੀ ਕਿਵੇਂ ਆ ਕਿਹੜੀ ਵਿਧੀ ਹੈ ਕਿ ਨਾਟਕੀ ਵਿਧੀ ਵਰਤਣੀ ਆ ਕਿ ਗੀਤ ਨਾਟਕੀ ਵਿਧੀ ਵਰਤਣੀ ਆ ਵਾਰਤਕ ਕਿਵੇਂ ਪੜਾਉਣੀ ਆ ਗਲਪ ਕਿਵੇਂ ਪੜਾਉਣਾ ਵਿਆਕਰਨ ਕਿਵੇਂ ਪੜਾਉਣੀ ਆ ਕਿਉਂਕਿ ਸਾਰੇ ਤੇ ਸਾਰੇ ਸਾਰੇ ਸਿਲੇਬਸ ਦਾ ਪਾਰਟ ਨੇ ਠੀਕ ਹੈ ਐਵੇਂ ਜਰਾ ਮਲਾਂਕਨ ਦੇ ਪ੍ਰੀਖਿਆ ਚ ਕੀ ਫਰਕ ਹੈ ਇਹ ਮੋٹے ਮੋٹے ਸਬਜੈਕਟ ਆਗੇ ਪੈਡਾਗੋਜੀ ਦੇ ਭਾਸ਼ਾ ਦੀ ਸਿੱਖਿਆ ਸੂਤਰ ਕੀ ਹੁੰਦੇ ਨੇ ਹੋਰ ਬੜਾ ਕੁਝ ਹੈ ਸਾਰੇ ਦਾ ਸਾਰਾ ਤੁਹਾਨੂੰ ਡਿਟੇਲ ਚ ਕਰਾਇਆ ਜਾਊਗਾ ਲੈਂਗੁਏਜ ਸਕਿਲਸ ਕੀ ਹੁੰਦੀਆਂ ਨੇ ਸੁਣਨਾ ਪੜ੍ਹਨਾ ਠੀਕ ਮਤਲਬ ਕਿ ਇਹ ਜਿਆਦਾ ਲੰਮੇ ਟਾਈਮ ਦਾ ਹੈ ਨਹੀਂਗਾ ਸਾਰਾ ਮਤਲਬ ਕਿ ਆਪਾਂ ਨੇਠ ਕੇ ਵੀ ਲਈਏ 10 ਦਿਨਾਂ ਦੇ ਵਿੱਚ ਆਲ ਸਾਰਾ ਸਾਰਾ ਕੰਪਲੀਟ ਹੋ ਸਕਦਾ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਜਾਣਕਾਰੀ ਦੁਬਾਰੇ ਦੇਣਾ ਚਾਹਣਾ ਕਿ ਅਚੀਵਰ ਅਕੈਡਮੀ ਦੇ ਮਤਲਬ ਜਿਹੜਾ ਕਿ ਲਿਖ ਕੇ ਤੁਹਾਨੂੰ ਅਵੇਲੇਬਲ ਕਦੇ ਆ ਤੇ ਬਾਕੀ ਤੁਸੀਂ ਇਹਦੇ ਬਾਰੇ ਆਪਣੀ ਜੋ ਵੀ رائے ਹੈਗੀ ਆ ਤੁਸੀਂ ਕਮੈਂਟ ਜਰੂਰ ਕਰਿਓ ਕਿ ਕੀ ਇਹ ਜਿਹੜਾ ਕ੍ਰੈਸ਼ ਕੋਰਸ ਆ ਸ਼ੁਰੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੁਹਾਡੀ رائے ਕੀ ਇਹ ਵੀ ਦੱਸਿਓ ਠੀਕ ਹੈ ਤੇ ਤੁਹਾਡੀ رائے ਜਾਣ ਕੇ ਤੇ ਫਿਰ ਤੁਹਾਨੂੰ ਜਿਹੜਾ ਕਿ ਅਗਲੀ ਜਾਣਕਾਰੀ ਦੇ ਦਿੱਤੀ ਜਾਊਗੀ ਠੀਕ ਹੈ ਪਲੇ ਸਟੋਰ ਤੇ ਅਚੀਵਰ ਅਕੈਡਮੀ ਦਾ ਐਪ ਆ ਉੱਥੇ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਮਿਲ ਜਾਊਗਾ ਠੀਕ ਹੈ ਉਹਦੀ ਜਾਣਕਾਰੀ ਮਿਲ ਜੂਗੀ ਤੇ ਜਲਦੀ ਅਸੀਂ ਜਿਹੜਾ ਕ੍ਰੈਸ਼ ਕੋਰਸ ਸ਼ੁਰੂ ਕਰਾਂਗੇ ਬਾਕੀ ਤੁਹਾਡੀ ਕੀ ਰਾਇ ਹੈਗੀ ਆ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਪੜ੍ਹਨਾ ਚਾਹੀਦਾ ਕੀ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਸਾਰਾ ਤੁਸੀਂ ਐਸਾਨੂੰ ਦੱਸ ਸਕਦੇ ਹੋ ਠੀਕ ਹੈ ਸਿਰਫ ਸਾਡੇ ਕੋਲੇ 15 ਦਿਨ ਬਾਕੀ ਨੇ 15 ਦਿਨ ਠੀਕ ਹੈ ਮਤਲਬ ਅਸੀਂ ਜੇ ਅੱਜ ਸ਼ੁਰੂ ਕਰੀਏ ਤਾਂ ਅਸੀਂ 26 27 ਤੱਕ ਇਹਨੂੰ ਸਾਰੇ ਦਾ ਸਾਰਾ ਮੁਕੰਮਲ ਕਰ ਦਿਆਂਗੇ 26 27 ਤੱਕ ਮੁਕੰਮਲ ਕੀ 26 27 ਤੱਕ ਤੁਹਾਡੀ ਰਿਵੀਜ਼ਨ ਵੀ ਹੋ ਜਾਊਗੀ ਸਾਰੀ ਦੀ ਸਾਰੀ ਰਿਵੀਜ਼ਨ ਵੀ ਰਵਾਈਜ਼ ਵੀ ਕਰ ਦਿਆਂਗੇ ਕਿਉਂਕਿ ਜਿਹੜਾ ਰਿਕਾਰਡਡ ਫਾਉਂ ਦੇ ਵਿੱਚ ਸਾਰੀ ਦੀ ਸਾਰੀ ਵਿਆਕਰਨ ਪਈ ਆ ਉਹ ਤਾਂ ਤੁਸੀਂ ਸੁਣਨੀ ਆ ਠੀਕ ਆ ਉਹਦੇ ਤੁਹਾਡੇ ਡਾਊਟਸ ਲਏ ਜਾਣਗੇ ਉਹਦੇ ਤੁਹਾਡੇ ਐਮਸੀਕਿਊ ਤੁਸੀਂ ਨਾਲ ਨਾਲ ਸੁਣ ਲਓ ਗਰੰਟੀ ਹੈ ਤੁਹਾਡਾ ਵਿਆਕਰਨ ਦਾ ਡਾਊਟ ਵੀ ਨਹੀਂ ਰਹੂਗਾ ਤੁਸੀਂ ਕਲਾਸਾਂ ਲਾ ਲਓਗੇ ਠੀਕ ਆ ਬਾਕੀ ਤੁਹਾਡੇ ਤੱਕ ਨਾਲ ਮੈਂ ਗਰੁੱਪ ਦੇ ਵਿੱਚ ਸੰਪਰਕ ਦੇ ਵਿੱਚ ਰਹੂੰਗਾ ਤੁਹਾਡੀ ਕੱਲੀ ਕੱਲੀ ਇਨਕੁਆਇਰੀ ਢੀਲ ਕੀਤੀ ਜਾਊਗੀ ਮਤਲਬ ਕਿ ਤੁਹਾਨੂੰ ਪੇਪਰ ਪਾਸ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਤੁਸੀਂ ਕੋਰਸ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਅਚੀਵਰ ਅਕੈਡਮੀ ਦੇ ਐਪ ਤੇ ਉੱਪਰ ਜਾਣਾ ਅਚੀਵਰ ਅਕੈਡਮੀ ਦੇ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕਰਨਾ ਤੇ ਜਾਂ ਸ਼ੁਰੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਾਂ ਤੁਸੀਂ ਹੋਰ ਕੀ ਕੁਝ ਪੜਨਾ ਚਾਹੁੰਦੇ ਹੋ ਇਹਦੇ ਵਿੱਚ ਠੀਕ ਹੈ ਜੀ ਚਲੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਠੀਕ ਹੈ ਥੋੜੇ ਟਾਈਮ ਦੇ ਵਿੱਚ ਐਚ ਟੈਟ ਤੁਹਾਡਾ ਜਿਹੜਾ ਕਹਿ ਲਈ ਵਧੀਆ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤੇ ਦੂਜੀ ਗੱਲ ਹੈ ਐਚ ਟੈਟ ਤੁਹਾਡੇ ਲਈ ਹੁਣ ਲਾਜ਼ਮੀ ਇਸ ਕਰਕੇ ਵੀ ਬਣ ਗਿਆ ਹੈਗਾ ਕਿਉਂਕਿ ਹੁਣੇ ਪਿੱਛੇ-ਪਿੱਛੇ ਜਿਹੜੀ ਲੇਟੈਸਟ ਪੰਜਾਬੀ ਦੀ ਭਰਤੀ ਜਿਹੜੀ ਆਈ ਹੋਈ ਹੈ ਤੇ ਉਹਦਾ ਹੁਣ ਪੇਪਰ ਹੋ ਰਿਹਾ ਤੇ ਉਹਦੇ ਵਿੱਚ ਇਹ ਵਿਦਿਆਰਥੀ ਕਹਿ ਰਹੇ ਆ ਕਿ ਜੀ ਬਹੁਤ ਘੱਟ ਪੋਸਟਾਂ ਨੇ ਉਹਨਾਂ ਨੇ ਹਜੇ ਪੂਰੀਆਂ ਪੋਸਟਾਂ ਨਹੀਂ ਕੱਢੀਆਂ ਤਕਰੀਬਨ 400 ਪੋਸਟ ਜਿਹੜੀ ਹਜੇ ਹੋਰ ਖਾਲੀ ਹੈ ਤੇ ਜਿਹੜੀ ਉਹ ਪੋਸਟ ਖਾਲੀ ਹੈ ਤਾਂ ਉਹਦੇ ਵਿੱਚ ਟੀਜੀਟੀ ਦੀਆਂ ਪੋਸਟਾਂ ਸਕਰੀਨਿੰਗ ਦੀਆਂ ਵੀ ਆਉਣ ਦੀ ਸੰਭਾਵਨਾ ਤੇ ਹਲੇ ਪੀਜੀਟੀ ਦੀ ਪੰਜਾਬੀ ਦੀ ਪੋਸਟ ਨਹੀਂ ਆਈ ਤੇ ਲੱਗਦਾ ਹੈ ਕਿ ਪੀਜੀਟੀ ਦੀਆਂ ਪੋਸਟਾਂ ਜਲਦੀ ਆਉਣਗੀਆਂ ਇਸ ਕਰਕੇ ਤੁਹਾਡੇ ਲਈ ਟੈਟ ਕਲੀਅਰ ਕਰਨਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਅੱਗੇ ਹੈਗੀਆਂ ਚੋਣਾਂ ਤੇ ਚੋਣਾਂ ਦਾ ਭਾਈ ਤੁਹਾਨੂੰ ਪਤਾ ਅਸਰ ਹੁੰਦਾ ਹੀ ਹੁੰਦਾ ਠੀਕ ਹੈ ਤੇ ਨੌਕਰੀ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਹੈ ਟੈਟ ਕਲੀਅਰ ਕਰ ਲਓ ਲਾਜ਼ਮੀ ਤੇ ਜਲਦੀ ਤੋਂ ਜਲਦੀ ਬੈ ਜੋਇਨ ਕਰੋ ਤੇ ਤੁਸੀਂ ਮਿਹਨਤ ਕਰੋ ਠੀਕ ਹੈ ਆਪਾਂ ਮਿਹਨਤ ਕਰਾਂਗੇ ਤੁਹਾਡਾ ਟੈਟ ਲਾਜ਼ਮੀ ਤੌਰ ਤੇ ਕਲੀਅਰ ਹੋਊਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਸ਼ੁਕਰੀਆ ਮਿਹਰਬਾਨੀ